ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਥੋੜੀ ਜੀ ਵੱਖਰੀ ਤੇ ਥੋੜੀ ਜੀ ਮੋਟੀਵੇਸ਼ਨਲ ਹੋਣ ਵਾਲੀ ਆ ਮੋਟੀਵੇਸ਼ਨਲ ਇਸ ਕਰਕੇ ਆ ਕਿਉਂਕਿ ਇਹ ਵਾਲੀ ਵੀਡੀਓ ਦੇਖ ਕੇ ਉਹਨਾਂ ਲੋਕਾਂ ਨੂੰ ਇੱਕ ਨਵੀਂ ਊਰਜਾ ਮਿਲੂਗੀ ਜਿਹੜੇ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਸੀ ਜਦੋਂ ਕਿਸੇ ਕਾਰਨ ਕਰਕੇ ਉਹ ਕੁਝ ਨਹੀਂ ਬਣ ਪਾਏ ਜੋ ਬਣਨਾ ਚਾਹੁੰਦੇ ਸੀ ਉਹ ਤੋਂ ਬਾਅਦ ਅੱਜ ਆਪਣੇ ਘਰੇ ਇੱਕ ਗੁਮਨਾਮ ਜ਼ਿੰਦਗੀ ਜੀ ਰਹੇ ਆ ਜ਼ਿੰਦਗੀ ਤੋਂ ਨਿਰਾਸ਼ ਹੋ ਗਏ ਇਹ ਵੀਡੀਓ ਵੱਖਰੀ ਇਸ ਕਰਕੇ ਆ ਕਿਉਂਕਿ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਸਰਬ ਮੇਕੇ ਇੰਟਰਵਿਊਆਂ ਵਿੱਚ ਆਪਾਂ ਆਮ ਹੀ ਸੁਣਦੇ ਆ ਕਿ ਕੋਈ ਸਿੰਗਰ ਆ ਕੇ ਕਹਿੰਦਾ ਕਿ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਉਦੋਂ ਤੋਂ ਬਾਅਦ ਮੈਂ ਸਕੂਲ ਗਿਆ ਫਿਰ ਕਾਲਜ ਗਿਆ ਫਿਰ ਮੇਲਿਆਂ ਵਿੱਚ ਗਿਆ ਫਿਰ ਮੈਂ ਐਲਬਮ ਕੱਢੀ ਤੇ ਫਿਰ ਮੈਂ ਸਿੰਗਰ ਬਣ ਗਿਆ ਪਰ ਸਰਬਜੀਤ ਚੀਮੇ ਦੀ ਸਟੋਰੀ ਬਿਲਕੁਲ ਅਲੱਗ ਵਾ ਕਿਉਂਕਿ ਸਰਬਜੀਤ ਚੀਮੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਸਿੰਗਰ ਬਣਨ ਦਾ ਸੁਪਨਾ ਤਾਂ ਕੀ ਕਦੇ ਖਿਆਲ ਤੱਕ ਨਹੀਂ ਸੀ ਲਿਆ ਕਿਉਂਕਿ ਸਰਬਜੀਤ ਚੀਮਾ ਤਾਂ ਬਣਨਾ ਚਾਹੁੰਦਾ ਸੀ ਹੋਕੀ ਗੇਮ ਦਾ ਚੈਂਪੀਅਨ ਹੋਕੀ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਸਰਬਜੀਤ ਚੀਮੇ ਨੇ ਲਾਇਲਪੁਰ ਖਾਲਸਾ ਕਾਲਜ ਵਿੱਚ ਐਡਮਿਸ਼ਨ ਲਈ ਆਪਣੇ ਸੁਪਨੇ ਨੂੰ ਪੂਰਾ ਹੁੰਦਾ ਦੇਖ ਹਰ ਰੋਜ਼ ਖੁਸ਼ੀ ਖੁਸ਼ੀ ਵਿੱਚ ਸਰਬਜੀਤ ਚੀਮਾ ਸਵੇਰੇ 6 ਵਜੇ ਆਪਣੇ ਕਾਲਜ ਜਾਂਦਾ ਹੋਕੀ ਦੀ ਪ੍ਰੈਕਟਿਸ ਕਰਨ ਵਾਸਤੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਕਹਿੰਦੇ ਆ ਨਾ ਕਿ ਬੰਦੇ ਦਾ ਜਨਮ ਜੇਸ ਵੀ ਕੰਮ ਲਈ ਹੋਇਆ ਹੋਵੇ ਬੰਦਾ ਉਹ ਤੋਂ ਕਿੰਨਾ ਵੀ ਦੂਰ ਕਿਉਂ ਨਾ ਨੱਠੇ ਕਿਸਮਤ ਘੁੰਮ ਘੁਮਾ ਕੇ ਉਹਨੂੰ ਉਸ ਕੰਮ ਵਿੱਚ ਪਾ ਹੀ ਦਿੰਦੀ ਆ ਕੁਝ ਐਹੋ ਜਿਹਾ ਹੀ ਹੋਇਆ ਜੀ ਸਰਬਜੀਤ ਚੀਮੇ ਦੇ ਨਾਲ ਕਿਉਂਕਿ ਸਵੇਰੇ 7 ਵਜੇ ਕਾਲਜ ਦੀ ਗਰਾਊਂਡ ਵਿੱਚ ਹੋਕੀ ਦੀ ਪ੍ਰੈਕਟਿਸ ਹੁੰਦੀ ਹੌਕੀ ਖੇਡਦੇ ਖੇਡਦੇ ਜਦੋਂ ਚੀਮੇ ਦੇ ਕੰਨਾਂ ਵਿੱਚ ਢੋਲ ਦੀ ਆਵਾਜ਼ ਪੈਂਦੀ ਤਾਂ ਚੀਮੇ ਦਾ ਧਿਆਨ ਹੌਕੀ ਵੱਲੋਂ ਹਟ ਕੇ ਭੰਗੜੇ ਵੱਲੋਂ ਚਲਾ ਜਾਂਦਾ ਪਰ ਚੀਮਾ ਆਪਣੇ ਆਪ ਨੂੰ ਫੇਰ ਮੋੜ ਕੇ ਹੌਕੀ ਵੱਲੋਂ ਲੈ ਕੇ ਆਉਂਦਾ ਕਿਉਂਕਿ ਚੀਮੇ ਨੂੰ ਪਤਾ ਸੀ ਮੇਰਾ ਕੰਮ ਹੌਕੀ ਖੇਡਣ ਦਾ ਆ ਭੰਗੜਾ ਪਾਉਣ ਦਾ ਨਹੀਂ ਬਹੁਤ ਥੋੜੇ ਦਿਨਾਂ ਵਿੱਚ ਹੀ ਸਰਬਜੀਤ ਚੀਮਾ ਹੌਕੀ ਦੀਆਂ ਬਹੁਤ ਸਾਰੀਆਂ ਬਰੀਕੀਆਂ ਸਿੱਖ ਲੈਂਦਾ ਤੇ ਕੰਪੀਟੀਸ਼ਨ ਵਾਸਤੇ ਵੀ ਰੈਡੀ ਹੋ ਜਾਂਦਾ ਆ ਪਰ ਇੱਕ ਦਿਨ ਅਚਾਨਕ ਹੀ ਚੀਮੇ ਦੀ ਲੱਤ ਤੇ ਸੱਟ ਲੱਗ ਜਾਂਦੀ ਹੈ ਤੇ ਡਾਕਟਰ ਕਹਿੰਦਾ ਕਿ ਇਹਦੀ ਹੁਣ ਚੱਪਣੀ ਟੁੱਟ ਗਈ ਅ ਚੱਪਣੀ ਟੁੱਟਣ ਤੋਂ ਨਰਾਜ ਹੋ ਗਿਆ ਇਸ ਤੋਂ ਬਾਅਦ ਉਹਨੇ ਕਾਲਜ ਆਉਣਾ ਵੀ ਬਹੁਤ ਜ਼ਿਆਦਾ ਘਟਾਤਾ ਜਦੋਂ ਕਿਤੇ ਕਾਲਜ ਆਉਣਾ ਵੀ ਚੁੱਪਚਾਪ ਸਾਰਾ ਦਿਨ ਕਾਲਜ ਬੈਠਾ ਰਹਿਣਾ ਤੇ ਸ਼ਾਮ ਨੂੰ ਆਪਣੇ ਘਰੇ ਚੱਲੇ ਜਾਣਾ ਹੌਲੀ ਹੌਲੀ ਇਦਾਂ ਹੀ ਦਿਨ ਬੀਤਦੇ ਗਏ ਪਰ ਇੱਕ ਦਿਨ ਜਦੋਂ ਚੀਮਾ ਕਾਲਜ ਆਇਆ ਤਾਂ ਉਹਦੇ ਮਿੱਤਰ ਨੇ ਆ ਕੇ ਕਿਹਾ ਕਿ ਆਪਣੇ ਕਾਲਜ ਦੀ ਭੰਗੜਾ ਟੀਮ ਵਾਸਤੇ ਅੱਜ ਬੰਦੇ ਸਿਲੈਕਟ ਕਰਨੇ ਆ ਆਜਾ ਆਪਾਂ ਓਡੀਸ਼ਨ ਦੇਣ ਜਾਈਏ ਪਰ ਚੀਮੇ ਨੇ ਆਪਣੇ ਮਿੱਤਰ ਨੂੰ ਇਹ ਕਹਿ ਕੇ ਜਵਾਬ ਦਿੱਤਾ ਕਿ ਭਾਈ ਨਾ ਤਾਂ ਆਪਣਾ ਕੰਮ ਭੰਗੜਾ ਪਾਉਣ ਦਾ ਹੈਗਾ ਨਾ ਆਪਾਂ ਪਾਉਣਾ ਤੇ ਨਾ ਆਪਾਂ ਨੂੰ ਪਾਉਣਾ ਆਉਂਦਾ ਆ ਪਰ ਉਹਦੇ ਮਿੱਤਰ ਨੇ ਕਿਹਾ ਕਿ ਭਾਈ ਨਹੀਂ ਪਾਉਣਾ ਨਾ ਪਾਈ ਪਰ ਉ ਪੰਜਾਬ ਵਿੱਚ ਬੜੀ ਮਸ਼ਹੂਰ ਸੀ ਇਹਦਾ ਸਭ ਤੋਂ ਵੱਡਾ ਕਾਰਨ ਸੀ ਹਰਵੰਸਰ ਲਾਲ ਕਾਕੂ ਜੀ ਹਰਵੰਸਰ ਲਾਲ ਕਾਕੂ ਜੀ ਬਾਰੇ ਜੇਕਰ ਤੁਹਾਨੂੰ ਬਹੁਤਾ ਨਹੀਂ ਪਤਾ ਤਾਂ ਮੋਟਾ-ਮੋਟਾ ਦੱਸ ਦਿਆਂ ਕਿ ਹਰਵੰਸਰ ਲਾਲ ਕਾਕੂ ਜੀ ਖਾਲਸਾ ਕਾਲਜ ਦੀ ਭੰਗੜਾ ਟੀਮ ਵਾਸਤੇ ਢੋਲ ਵਜਾਇਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਦਾ ਢੋਲ ਇੰਨਾ ਮਸ਼ਹੂਰ ਸੀ ਕਿ ਲੋਕੀ ਇਹੋ ਜਿਹੀਆਂ ਉਦਾਹਰਨਾਂ ਦਿੰਦੇ ਸੀ ਕਿ ਹਰਵੰਸਰ ਲਾਲ ਕਾਕੂ ਜੀ ਦੇ ਢੋਲ ਉੱਤੇ ਤਾਂ ਮੁਰਦੇ ਵੀ ਭੰਗੜਾ ਪਾ ਦਿੰਦੇ ਆ ਇਸ ਵੇਲੇ ਚੀਮਾ ਭੰਗੜੇ ਦੀ ਗਰਾਊਂਡ ਵਿੱਚ ਗਿਆ ਤਾਂ ਸਾਰੇ ਮੁੰਡੇ ਗਰੁੱਪ ਵਿੱਚ ਖੜੇ ਭੰਗੜਾ ਪਾ ਰਹੇ ਸੀ ਪਰ ਚੀਮਾ ਇੱਕ ਸ ਕੇ ਦਿਖਾ ਲ। ਇਸ ਤੋਂ ਬਾਅਦ ਚੀਮਾ ਗਰੁੱਪ ਵਿੱਚ ਜਾ ਕੇ ਖੜਾ ਹੋ ਗਿਆ ਤੇ ਕੋਚ ਸਾਹਿਬ ਨੇ ਕਿਹਾ ਕਾਕੂ ਜੀ ਲਾਉ ਡਗਾ ਜਦੋਂ ਹਰਵੰਸਰ لال ਕਾਕੂ ਜੀ ਨੇ ਡਗਾ ਲਾਇਆ ਤਾਂ ਚੀਮੇ ਦੀਆਂ ਬਾਹਾਂ ਆਪਣੇ ਆਪ ਖੁੱਲਣੀਆਂ ਸ਼ੁਰੂ ਹੋ ਗਈਆਂ। ਬਸ 15-20 ਸਕਿੰਟਾਂ ਬਾਅਦ ਹੀ ਬਾਹਰੋਂ ਕਲਾਪਿੰਗ ਸ਼ੁਰੂ ਹੋ ਗਈ ਤੇ ਕੋਚ ਸਾਹਿਬ ਨੇ ਢੋਲਰ ਕਬਾਤਾ ਚੀਮੇ ਨੂੰ ਲੱਗਿਆ ਲੈ ਵੀ ਕੋਈ ਗਲਤੀ ਹੋ ਗਈ। ਕੋਚ ਸਾਹਿਬ ਨੇ ਚੀਮੇ ਕੋਲ ਆ ਕੇ ਕਿਹਾ ਕਾਕਾ ਤੂੰ ਭੰਗੜਾ ਕਿੱਥੋਂ ਸਿੱਖਿਆ? ਚੀਮੇ ਨੇ ਕਿਹਾ ਉਸਤਾਦ ਜੀ ਨਾ ਤਾਂ ਮੈਂ ਜ਼ਿੰਦਗੀ 'ਚ ਕਦੇ ਭੰਗੜਾ ਪਾਇਆ ਤੇ ਨਾ ਹੀ ਕਦੇ ਸਿੱਖਿਆ। ਕੋਚ ਸਾਹਿਬ ਨੇ ਕਿਹਾ ਕਾਕਾ ਫਿਰ ਤੂੰ ਤਾਂ ਬਣਿਆ ਹੈ ਤੋਂ ਬਾਅਦ ਚੀਮਾ ਭੰਗੜਾ ਪਾਉਂਦਾ ਰਿਹਾ ਤੇ ਬੋਲੀਆਂ ਗਾਉਂਦਾ ਰਿਹਾ ਬੋਲੀਆਂ ਪਾਉਂਦਾ ਪਾਉਂਦਾ ਚੀਮਾ 1990 ਵਿੱਚ ਕੈਨੇਡਾ ਆ ਗਿਆ ਕੈਨੇਡਾ ਆ ਕੇ ਵੀ ਚੀਮਾ ਸਾਹਿਬ ਨੇ ਭੰਗੜਾ ਨਾ ਛੱਡਿਆ ਡਬਲ ਸ਼ਿਫਟਾਂ ਦੇ ਨਾਲ-ਨਾਲ ਭੰਗੜੇ ਦੀ ਅਕੈਡਮੀ ਵੀ ਜੁਆਇਨ ਕਰ ਲਈ ਇੱਕ ਦਿਨ ਉਸ ਅਕੈਡਮੀ ਵਿੱਚ ਬਦਰਾਜ 바ਸੀ ਜੀ ਆਏ ਜਿਹੜੇ ਕਿ ਉਸ ਅਕੈਡਮੀ ਦੇ ਮੁੰਡਿਆਂ ਨੂੰ ਬੋਲੀਆਂ ਦੀ ਪ੍ਰੈਕਟਿਸ ਕਰਵਾਇਆ ਕਰਦੇ ਸੀ ਜਦੋਂ ਸਰਬਜੀਤ ਚੀਮੇ ਨੇ ਬੋਲੀ ਪਾਈ ਤਾਂ ਉਸਤਾਦ ਜੀ ਨੂੰ ਲੱਗਿਆ ਕਿ ਇਸ ਮੁੰਡੇ ਵਿੱਚ ਕੋਈ ਤਾਂ ਗੱਲਬਾਤ ਹੈ ਇਹ ਤਾਂ ਬਹੁਤ ਵਧੀਆ गा ਸਕਦਾ ਇਸ ਤੋਂ ਬਾਅਦ ਅਕੈਡਮੀ ਨੂੰ ਛੁੱਟੀ ਹੋਈ ਤੇ ਚੀਮ ਤਾਂ ਅੱਗੇ ਜਾ ਸਕਦਾ ਤੇ ਮੈਂ ਹਰ ਰੋਜ਼ ਸ਼ਾਮ ਨੂੰ 7 ਵਜੇ ਐਸ ਜਗ੍ਹਾ ਤੇ ਸੰਗੀਤ ਸਿਕਾਉਣਾ ਤੂੰ ਵੀ ਜ਼ਰੂਰ ਆਈ ਚੀਮੇ ਨੇ ਝੂਠੀ ਸੱਚੀ ਜੀ ਹਾਂ ਨਾ ਕਰਕੇ ਅੱਗੇ ਚਲਾ ਗਿਆ ਉਸਤਾਦ ਜੀ ਸਮਝ ਗਏ ਕਿ ਮੁੰਡਾ ਸੀਰੀਅਸ ਨਹੀਂ ਲੈ ਰਿਹਾ ਇਹਨੇ ਕੱਲ ਨੂੰ ਆਉਣਾ ਨਹੀਂ ਤਾਂ ਉਹਨਾਂ ਨੇ ਫੇਰ ਦੁਬਾਰਾ ਉਹਦੀ ਗੱਡੀ ਰੁਗਵਾਈ ਤੇ ਉਹਨੂੰ ਕਿਹਾ ਕਾਕਾ ਤੂੰ ਆਏਂਗਾ ਨਾ ਤਾਂ ਚੀਮੇ ਨੇ ਕਿਹਾ ਉਸਤਾਦ ਜੀ ਪਹਿਲਾਂ ਤਾਂ ਨਹੀਂ ਸੀ ਆਉਣਾ ਪਰ ਹੁਣ ਜ਼ਰੂਰ ਆਉਂਗਾ ਇਤੋਂ ਬਾਅਦ ਸਰਬਜੀਤ ਚੀਮਾ ਦੋ ਦੋ ਸ਼ਿਫਟਾਂ ਲਾਉਂਦਾ ਰਿਹਾ ਭੰਗੜਾ ਵੀ ਸਿੱਖਦਾ ਰਿਹਾ ਤੇ ਨਾਲ ਨਾਲ ਉਸਤਾਦ ਜੀ ਕੋਲ ਇੱਕ ਘੰਟੇ ਦੀ ਕਲਾਸ ਵੀ ਲਾਉਂਦਾ ਰਿਹਾ ਇਤੋਂ ਕਲਾਸ ਦੇਣੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਚੀਮਾ ਸਾਹਿਬ ਦੋ-ਦੋ ਸ਼ਿਫਟਾਂ ਦੇ ਨਾਲ-ਨਾਲ ਭੰਗੜਾ ਵੀ ਸਿੱਖਦਾ ਰਿਹਾ ਤੇ ਨਾਲ-ਨਾਲ ਸੰਗੀਤ ਦੀਆਂ ਕਲਾਸਾਂ ਵੀ ਉਸਤਾਦ ਜੀ ਕੋਲ ਲਾਉਂਦਾ ਰਿਹਾ। ਹੁਣ ਚੀਮਾ ਸਾਹਿਬ ਦਾ ਭੰਗੜਾ ਵੀ ਸਟਾਰਟ ਹੋ ਗਿਆ ਸੀ ਤੇ ਉਹਨਾਂ ਦੀ ਗਾਇਕੀ ਵੀ ਪਰ ਉਹਨਾਂ ਦੇ ਅੰਦਰ ਇੱਕ ਹੋਰ ਗੁਣ ਛੁਪਿਆ ਹੋਇਆ ਸੀਗਾ ਜਿਹੜਾ ਲੋਕਾਂ ਸਾਹਮਣੇ ਆਉਣਾ ਬਹੁਤ ਜ਼ਰੂਰੀ ਸੀ। ਉਸ ਗੁਣ ਨੂੰ ਕੱਢਣ ਵਾਸਤੇ ਵੀ ਕਿਦਰਤ ਨੇ ਬੜੀ ਵੱਡੀ ਗੇਮ ਖੇਡੀ। ਉਹ ਗੁਣ ਸੀ ਲਿਖਣ ਦਾ ਗੁਣ। ਇੱਕ ਦਿਨ ਜਦੋਂ ਚੀਮਾ ਸਾਹਿਬ ਕਿਸੇ ਨਵੇਂ ਬੰਦੇ ਦੇ ਨਾਲ ਨਵੇਂ ਕੰਮ ਤੇ ਗਏ ਪਹਿਲੇ ਦਿਨ ਕਿਉਂਕਿ ਉਸ ਕੰਮ ਬਾਰੇ ਨ ਤਾਂ ਉਸ ਬੰਦੇ ਨੇ ਚੀਮਾ ਸਾਹਿਬ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ। ਚੀਮਾ ਸਾਹਿਬ ਨੇ ਉਸ ਬੰਦੇ ਨੂੰ ਉੱਥੇ ਤਾਂ ਕੋਈ ਜਵਾਬ ਨਾ ਦਿੱਤਾ ਪਰ ਉਹਦੀਆਂ ਗੰਦੀਆਂ ਗਾਲਾਂ ਨੇ ਚੀਮਾ ਸਾਹਿਬ ਦੇ ਦਿਲ ਉੱਤੇ ਬਹੁਤ ਹੀ ਡੂੰਘਾ ਅਸਰ ਪਾਇਆ। ਐਨਾ ਡੂੰਘਾ ਅਸਰ ਪਾਇਆ ਕਿ ਚੀਮਾ ਸਾਹਿਬ ਨੂੰ ਘਰੇ ਆ ਕੇ ਨਾ ਤਾਂ ਸਾਰੀ ਰਾਤ ਨੀਂਦ ਆਈ ਤੇ ਨਾ ਹੀ ਸਾਰੀ ਰਾਤ ਚੈਨ ਆਇਆ। ਕਿਉਂਕਿ ਚੀਮਾ ਸਾਹਿਬ ਇਹ ਸੋਚਣ ਨੂੰ ਮਜਬੂਰ ਹੋ ਗਏ ਕਿ ਯਾਰ ਆਪਾਂ ਪੰਜਾਬ ਵਿੱਚ ਸਰਦਾਰੀ ਕਰਦੇ ਸੀ। ਆਪਾਂ ਕਿਹੜੇ ਕੰਮਾਂ ਵਿੱਚ ਪੈ ਗਏ? ਬਸ ਏਸੀ ਡੂੰਗੀ ਸਾਟ ਨੇ ਚੀਮਾ ਸਾਹਿਬ ਦੇ ਹੱਥ ਇੱਕ ਕਲਮ ਫੜਾ ਦਿੱਤੀ ਤੇ ਇਹ ਤੋਂ ਬਾਅ ਇਤੋਂ ਬਾਅਦ ਬਹੁਤ ਜਲਦ ਚੀਮਾ ਸਾਹਿਬ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਐਲਬਮ ਕੱਢੀ ਤੇ ਐਲਬਮ ਆਉਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਕੀ ਹੋਇਆ ਉਹ ਤਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਚੀਮਾ ਸਾਹਿਬ ਦੀ ਲਾਈਫ ਇੱਕ ਗੱਲ ਤਾਂ ਸਾਨੂੰ ਜ਼ਰੂਰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਇੱਕ ਰਾਹ ਬੰਦ ਹੋ ਜਵੇ ਤਾਂ ਨਰਾਜ ਨਹੀਂ ਹੋਣਾ ਚਾਹੀਦਾ ਕਿਉਂਕਿ ਹਜ਼ਾਰਾਂ ਰਾਹ ਪਏ ਆ ਖੁੱਲਣ ਵਾਸਤੇ ਕਈ ਵੇਲੇ ਨਵੇਂ ਰਾਹ ਖੁੱਲ੍ਹੇ ਪੁਰਾਣੇ ਬੰਦ ਹੋਏ ਰਾਹ ਨਾਲੋਂ ਜ਼ਿਆਦਾ ਹਸੀਨ ਹੁੰਦੇ ਆ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਤਾਂ ਆਪਣੇ ਕਿਸੇ ਇੱਕ ਮਿੱਤਰ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹ ਵੀਡੀਓਜ਼ ਵਾਸਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਹੁਣ ਦਿਓ اجازت ਸਤਿ ਸ੍ਰੀ ਅਕਾਲ